ਇਹਦੇ ਵਾਸਤੇ ਸਰਕਾਰ ਰਾਜ ਕਿਉਂ ਕਰਦੀ ਆ? ਸਰਕਾਰ ਰਾਜ ਛੱਡ ਦੇ, ਪਬਲਿਕ ਨੂੰ ਦੇ ਦੇ, ਸਰਕਾਰ ਰਾਜ ਆਪਣਾ ਛੱਡ ਕੇ ਬਹਿ ਗਿਆ ਜਦੋਂ ਕੋਈ ਪੈਸੇ ਨੀ, ਕੋਈ ਕਮੀ ਨੀ। ਕਿੰਨੀ ਵਾਰੀ ਮੰਗ ਪੱਤਰ ਦਿੱਤੇ ਨੀ ਡੀਸੀ ਸਾਹਿਬ ਉਹਨਾਂ ਨੂੰ, ਕੀ ਮੰਗ ਪੱਤਰ ਦੇਵਾਂਗੇ ਆਪਾਂ? ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਪਿਛਲੇ 8 ਦਿਨਾਂ ਤੋਂ ਗੁਰਦਾਸਪੁਰ ਦੇ ਖੰਡ ਮਿਲ ਦੇ ਬਾਹਰ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਹੋਇਆ ਹੈ। 8 ਦਿਨਾਂ ਤੋਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਇਹਨਾਂ ਦੀ ਸਾਰ ਤੱਕ ਨਹੀਂ ਲਈ, ਜਿਸ ਦੇ ਰੋਸ ਵਜੋਂ ਇਹ ਰੋਡ ਜਾਮ ਕੀਤਾ ਗਿਆ। ਕਿਸਾਨਾਂ ਨੇ ਧਰਨਾ ਇੱਥੇ ਲਾਇਆ ਵਾ ਜੀ ਕਿ ਇਹਨਾਂ ਦੀ ਜਿਹੜੀਆਂ ਡਿਮਾਂਡਸ ਨੇ ਕਿ ਜਿਹੜੀ ਪੇਮੈਂਟ 14 ਦਿਨਾਂ ਤੋਂ ਬਾਅਦ ਹੁੰਦੀ ਉਹਦਾ ਇਹਨਾਂ ਨੂੰ 15% ਵਿਆਜ ਜਿਹੜਾ ਜੋ ਐਕਟ ਵਿੱਚ ਪ੍ਰੋਵੀਜ਼ਨ ਹੈਗੀ ਉਹਦੇ ਮੁਤਾਬਕ ਦਿੱਤਾ ਜਾਵੇ। ਇਸ ਸੰਬੰਧ ਵਿੱਚ ਸਿਰਸਾ ਸਾਹਿਬ ਦੀ ਜਿਹੜੀ ਹੈਗੀ ਇਹਨਾਂ ਨੇ ਆਪਣੀ NGO ਬਣਾਈ ਆ, ਉਹਨਾਂ ਨੇ ਹਾਈਕੋਰਟ ਦੇ ਵਿੱਚ ਕੇਸ ਵੀ ਕੀਤਾ ਵਾ। ਜਿਸ ਸੰਬੰਧ ਵਿੱਚ ਸਰਕਾਰ ਨੇ ਆਪਣਾ ਜਿਹੜਾ ਦੱਸਤਾ ਸੀ ਕਿ ਸਾਡਾ ਇੰਨਾ ਜਿਹੜਾ ਕੈਲਕੂਲੇਸ਼ਨ ਮੁਤਾਬਕ ਇੰਨਾ ਵਿਆਜ ਬਣਦਾ, ਪ੍ਰਾਈਵੇਟ ਮਿੱਲਾਂ ਨੇ ਅਜੇ ਨਹੀਂ ਦਿੱਤਾ ਵਾ, ਫਿਰ ਕੋਰਟ ਦੇ ਵਿੱਚ ਉਹਨਾਂ ਨੂੰ ਉਹ ਵੀ ਦੇਣਾ ਪਏਗਾ। ਥੋੜ੍ਹਾ ਥੱਲੇ ਕਰ ਲਓ। 8 ਮਾਰਚ ਲੱਗੀ ਆ, ਵੇਖੋ ਜੋ ਵੀ ਹਾਈਕੋਰਟ ਫੈਸਲਾ ਕਰੇਗੀ ਅਤੇ ਜੋ ਵੀ ਇਹਨਾਂ ਦੀ ਡਿਮਾਂਡ ਸੀ। ਇਸ ਤੋਂ ਇਲਾਵਾ ਇਹਨਾਂ ਦੀ ਇੱਕ ਦੋ ਹੋਰ ਡਿਮਾਂਡ ਜਿਹੜੀਆਂ ਇਸ ਮਿੱਲਾਂ ਹੀ ਕੰਸਰਨਡ ਹੈਗੀਆਂ ਨੇ, ਉਹ ਅਸੀਂ ਇਹਨਾਂ ਕੋਲ ਲੈ ਕੇ ਅਤੇ ਅਸੀਂ ਮਿੱਲ ਵਾਲਿਆਂ ਨੂੰ ਕਿਹਾ ਕਿ ਉਹ 'ਚ ਆਪਣੇ ਪੈਰਾ ਵਾਈਜ਼ ਸਾਨੂੰ ਕਮੈਂਟਸ ਦੇਣ, ਉਹਨਾਂ ਸਾਨੂੰ ਅੱਜ 4 ਵਜੇ ਤੱਕ ਸਾਡੇ ਕਮੈਂਟਸ ਭੇਜ ਦੇਣੇ ਆ। ਉਸ ਤੋਂ ਬਾਅਦ 2 ਦਿਨ ਦੇ ਵਿੱਚ ਅਸੀਂ ਇਹਨਾਂ ਕੋਲ 2 �ਦਿਨਾਂ ਦਾ ਟਾਈਮ ਲਿਆ ਅਤੇ ਬੁੱਧ ਅਤੇ ਵੀਰਵਾਰ 2 ਦਿਨ ਦੇ ਵਿੱਚ ਅਸੀਂ ਸਰਕਾਰ ਪੱਧਰ 'ਤੇ ਉਹ ਡਿਸਕਸ ਕਰਕੇ ਵੀ ਆਇਆ ਇਹਨਾਂ ਦੀਆਂ ਡਿਮਾਂਡਸ ਨੇ ਕਿ ਜਿਹੜੀ ਸਾਡੀ ਸ਼ੂਗਰ ਮਿੱਲ ਆ ਉਹਦੇ ਆਹ ਕਮੈਂਟਸ ਨੇ ਉਹਨਾਂ ਨੂੰ ਜਿਹੜਾ ਪੂਰਾ ਕਰਵਾਉਣਾ। ਵੇਖੋ ਜਿਹੜੀ ਪੇਮੈਂਟ ਆ ਉਹ ਸਰਕਾਰ ਲੈਵਲ ਦਾ ਕੰਮ ਆ ਸਾਡਾ, ਅਤੇ ਇਹ ਫਰਜ਼ ਆ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਜੋ ਇਹਨਾਂ ਦੀ ਆਵਾਜ਼ ਆ ਉਹ ਅਸੀਂ ਸਰਕਾਰ ਪੱਧਰ 'ਤੇ ਪਹੁੰਚਾਉਂਦੇ ਹਾਂ, ਉਹ ਅਸੀਂ ਅੱਜ ਸ਼ਾਮ ਨੂੰ ਜਾਂ ਕੱਲ੍ਹ ਸਵੇਰੇ ਉੱਥੇ ਡਿਸਕਸ ਕਰ ਲਾਂਗੇ ਹਾਈ ਲੈਵਲ 'ਤੇ ਕਿ ਉੱਥੇ ਜਾ ਕੇ ਵੀ ਇਹਨਾਂ ਦੀ ਪਰੇਸ਼ਾਨੀ ਆ ਜੈਨੂਅਨ ਡਿਮਾਂਡਸ ਨੇ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਸਰ 8 ਦਿਨ ਉਹਨਾਂ ਨੇ ਪਹਿਲੇ ਵੀ ਸਾਈਡ 'ਤੇ ਧਰਨਾ ਲਗਾਇਆ, ਅੱਜ ਉਹਨਾਂ ਨੂੰ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਨਾ ਪੈ ਗਿਆ। ਜੀ ਵੇਖੋ ਜੀ, ਇਹ ਤਾਂ ਡੈਮੋਕਰੇਟਿਕ ਰਾਈਟ ਹੈ ਇਹਨਾਂ ਦਾ, ਕੁਛ ਵੀ ਕਰ ਸਕਦੇ ਉਹ 'ਚ ਮੈਂ ਨਹੀਂ ਕੁਛ ਕਹਿ ਸਕਦਾ। ਜਿਸ ਦਿਨ ਪਿੱਛੇ ਧਰਨਾ ਉੱਥੇ ਲੱਗਾ ਸੀ ਮੈਂ ਉੱਥੇ ਆ ਕੇ ਇਹਨਾਂ ਦੇ ਕੋਲ ਵੀ ਇਹਨਾਂ ਦਾ ਡਿਮਾਂਡਸ ਲੈ ਕੇ ਗਿਆ। ਹਾਂ, ਅੱਜ ਤੇ ਕੋਈ ਡਿਮਾਂਡ ਨਹੀਂ, ਕਿਉਂਕਿ ਉਹਨਾਂ ਦੀ ਉਹ ਡਿਮਾਂਡਸ ਨੇ ਜਿਹੜੀਆਂ ਇਹਨਾਂ ਦੀਆਂ ਪਿਛਲੇ ਹਫ਼ਤੇ ਮੈਂ ਆਣ ਕੇ ਇਹਨਾਂ ਕੋਲ ਬੈਠ ਕੇ ਸਾਰਾ ਡਿਸਕਸ ਕੀਤਾ ਗਿਆ। ਪਿਛਲੇ 8 ਦਿਨਾਂ ਤੋਂ ਕਿਸਾਨ ਜੋ ਨੇ ਆਪਣੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਗੁਰਦਾਸਪੁਰ ਦੀ ਖੰਡ ਮਿੱਲ ਜਿਹੜੀ ਆ ਉਸਦੇ ਬਾਅਦ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਅਤੇ 8 ਦਿਨ ਹੋ ਚੁੱਕੇ ਨੇ ਧਰਨਾ ਪ੍ਰਦਰਸ਼ਨ ਨੂੰ, ਲੇਕਿਨ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੀ ਸਾਰ ਨਹੀਂ ਲਈ, ਜਿਸ ਨੂੰ ਲੈ ਕੇ ਅੱਜ ਜਿਹੜੇ ਕਿਸਾਨ ਨੇ ਉਹ ਨੈਸ਼ਨਲ ਹਾਈਵੇ ਬੰਦ ਕਰ ਚੁੱਕੇ ਨੇ। ਅਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪਠਾਨਕੋਟ ਤੋਂ ਅੰਮ੍ਰਿਤਸਰ ਜਿਹੜਾ ਨੈਸ਼ਨਲ ਹਾਈਵੇ ਆ ਉਹ ਜਿਹੜਾ ਵਾ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ, ਅਤੇ ਪਿਛਲੀ ਜਿਹੜੀ ਤਿੰਨ ਸੀਜ਼ਨ ਨੇ ਉਹਨਾਂ ਦੀ ਜਿਹੜੀ ਪੇਮੈਂਟ ਵਾ ਗੰਨੇ ਦੀ ਉਹ ਜਿਹੜੀ ਆ ਸਰਕਾਰ ਵੱਲੋਂ ਜਾਰੀ ਨਹੀਂ ਸੀ ਕੀਤੀ ਜਾ ਰਹੀ, ਜਿਸ ਨੂੰ ਲੈ ਕੇ ਜਿਹੜਾ ਇਹ ਬੰਦ ਜਿਹੜਾ ਵਾ ਕੀਤਾ ਗਿਆ। ਅਤੇ ਇੱਥੇ ਜੋ ਕੁਝ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਇਹ ਬੰਦ ਕੀਤਾ ਗਿਆ, ਕਿਉਂ ਬੰਦ ਕੀਤਾ ਗਿਆ, ਕਾਰਨ ਕੀ ਸੀਗਾ ਬੰਦ ਕਰਨ ਦਾ। ਅਤੇ ਮੇਰੇ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਵੀ ਇਹ ਜਿਹੜਾ ਬੰਦ ਕੀਤਾ ਗਿਆ ਉਹ ਕਿਉਂ ਬੰਦ ਕੀਤਾ ਗਿਆ, ਜਿਹੜਾ ਪ੍ਰੋਟੈਸਟ ਵਾ ਕਿੰਨਾ ਚਿਰ ਜਾਰੀ ਰਹੂਗਾ। ਜੀ ਤੁਸੀਂ ਅੱਜ ਜਿਹੜਾ ਬੰਦ ਕੀਤਾ ਵਾ ਕਿਉਂ ਬੰਦ ਕੀਤਾ ਜੀ? ਇਹ ਮੈਂ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਜਿਹੜਾ ਰੋਡ ਬੰਦ ਕੀਤਾ ਹੈ ਉਹ ਅਸੀਂ ਇਸ ਕਰਕੇ ਬੰਦ ਕੀਤਾ ਕਿ ਸਾਨੂੰ ਅੱਜ 9 ਦਿਨ ਤੋਂ ਆਹ ਨਾਲ ਪਰਲੇ ਪਾਸੇ ਟੈਂਟ ਲੱਗੇ ਹੋਏ ਨੇ ਪਿੱਛੇ, 9 ਦਿਨ ਤੋਂ ਇੱਥੇ ਧਰਨੇ 'ਤੇ ਬੈਠੇ ਹਾਂ, ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਜੇ ਇੱਧਰੋਂ ਗੱਡੀਆਂ ਆਉਂਦੀਆਂ ਤਾਂ ਸਾਡੇ 'ਤੇ ਘੱਟਾ ਪੈਂਦਾ, ਸਾਡੀ ਕੋਈ ਸੁਣਵਾਈ ਨਹੀਂ। ਇੱਥੇ ਲੰਘ ਕੇ ਇੱਥੋਂ ਇਸੇ ਰੋਡ ਤੋਂ ਦੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਲੰਘ ਕੇ ਗਏ ਨੇ, ਜਿਹੜੇ ਇੱਥੇ ਸਾਡਾ ਕੋਈ ਉਹਨਾਂ ਨੇ ਸਾਰ ਨਹੀਂ ਲਈ, ਨਾ ਕਿਸੇ ਹੋਰ ਗੁਰਦਾਸਪੁਰ ਤੋਂ ਕਿਸੇ ਵਿਧਾਇਕ ਨੇ ਸਾਰ ਲਈ ਆ, ਨਾ ਦੀਨਾਨਗਰ ਹਲਕੇ ਤੋਂ। ਇਸ ਕਰਕੇ ਸਾਡੀਆਂ ਪੇਮੈਂਟਾਂ ਫਸੀਆਂ ਪਈਆਂ 17-18-19 ਦੀਆਂ ਅਤੇ 19-20 ਦੀਆਂ। ਉੱਤੋਂ ਜੋ ਹਾਈਕੋਰਟ 'ਚ ਸਾਡਾ ਕੇਸ ਚੱਲ ਰਿਹਾ 14-15 ਤੋਂ, ਉਹਦਾ 45 ਕਰੋੜ ਰੁਪਈਆ ਜਿਹੜਾ ਵਿਆਜ ਬਣਦਾ ਉਹ ਵੀ ਸਰਕਾਰਾਂ ਨਹੀਂ ਦੇ ਰਹੀਆਂ। ਅੱਜ ਸਾਡੇ ਕੋਲ ਸਾਡੇ ਬੱਚੇ ਜਿਹੜੇ ਛੋਟੇ ਨੇ ਉਹਨਾਂ ਦੇ ਸਕੂਲ ਵਾਸਤੇ ਦਾਖਲਾ ਅੱਗੇ ਨਵਾਂ ਦੇਣਾ, ਉਹਦੇ ਵਾਸਤੇ ਸਾਡੇ ਕੋਲ ਪੈਸੇ ਨਹੀਂ ਹੈਗੇ। ਉਹਨਾਂ ਦੀਆਂ ਕਾਪੀਆਂ ਕਿਤਾਬਾਂ ਵਾਸਤੇ, ਯੂਨੀਫੋਰਮ ਵਾਸਤੇ ਸਾਡੇ ਕੋਲ ਪੈਸਾ ਨਹੀਂ ਹੈਗਾ। ਅਸੀਂ ਮਜਬੂਰਨ ਘਰਾਂ
ਚੋਂ ਨਿਕਲ ਕੇ ਇੱਥੇ ਆਏ ਹਾਂ ਵੀ ਘਰ ਕੀ ਕਰਾਂਗੇ, ਘਰ ਸਾਡੇ ਬੱਚੇ ਜਾਣ ਖਾਂਦੇ ਆ ਵੀ ਪੈਸੇ ਦਿਓ, ਅਸੀਂ ਐਡਮਿਸ਼ਨ ਕਰਾਉਣੀ ਆ, ਅਸੀਂ ਕੱਪੜੇ ਲੈਣੇ ਆ, ਮਜਬੂਰ ਹੋ ਕੇ ਇੱਥੇ ਬੈਠੇ ਹਾਂ ਜੀ। ਨਾ ਅੱਜ ਜਿਹੜਾ ਧਰਨਾ ਦੇ ਰਹੇ ਹੋ ਨੈਸ਼ਨਲ ਹਾਈਵੇ ਬੰਦ ਕੀਤਾ ਵਾ, ਕਿੰਨਾ ਚਿਰ ਬੰਦ ਰਹੂਗਾ ਜੀ ਸਰ? ਇਹ ਜੀ ਨੈਸ਼ਨਲ ਹਾਈਵੇ ਜਿਹੜਾ ਬੰਦ ਕੀਤਾ, ਪਹਿਲੀ ਗੱਲ ਤਾਂ ਮੈਂ ਮੀਡੀਆ ਦਾ ਨਹੀਂ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਆਪਾਂ ਨੈਸ਼ਨਲ ਹਾਈਵੇ ਬੰਦ ਕਰਨ ਦੇ ਚੱਕਰ 'ਚ ਨਹੀਂ ਸੀਗੇ, ਕਿਉਂਕਿ ਇੱਥੋਂ ਦੀ ਸਾਡੀਆਂ ਭੈਣਾਂ ਨੇ, ਸਾਡੀਆਂ ਮਾਤਾਵਾਂ ਨੇ, ਸਾਡੇ ਭਰਾਵਾਂ ਨੇ, ਸਾਡੇ ਬਜ਼ੁਰਗਾਂ ਨੇ ਲੰਘਣਾ, ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ। ਪਰ ਇਹ 2-3 ਦਿਨ ਤੋਂ ਅਸੀਂ ਇਹ ਅਖਬਾਰਾਂ ਰਾਹੀਂ ਵੀ ਦਿੱਤਾ ਕਿ ਇਹ ਸਰਕਾਰਾਂ ਸਾਡਾ ਸਬਰ ਵੇਖ ਰਹੀਆਂ ਨੇ ਕਿ ਇਹ ਰੋਡ 'ਤੇ ਕਿਉਂ ਨਹੀਂ ਆਉਂਦੇ, ਕਿਉਂਕਿ ਸਰਕਾਰ ਸਾਡੇ ਕੋਲ ਆਉਂਦੀ ਨਹੀਂ ਸੀ, ਅੱਜ ਸਾਡਾ ਸਬਰ ਦਾ ਪਿਆਲਾ ਭਰ ਚੁੱਕਾ ਸੀ, ਇਸ ਕਰਕੇ ਅਸੀਂ ਇੱਧਰ ਆਏ ਹਾਂ। ਜਦ ਕਿ ਆਪਾਂ ਰੋਡ ਬੰਦ ਕਰਨ ਦੇ ਹੱਕ 'ਚ ਨਹੀਂ ਸੀਗੇ, ਸਰਕਾਰ ਨੇ ਬੰਦ ਕਰਾਇਆ, ਸਰਕਾਰ ਹੀ ਇਹਦੀ ਜ਼ਿੰਮੇਵਾਰ ਹੈ। ਇਸ ਤੋਂ ਗਾਹ ਕੋਈ ਹੋਰ ਵੱਡਾ ਸੰਘਰਸ਼ ਵੜਿਆ ਜਾਊਗਾ? ਇਹਦੇ ਤੋਂ ਅੱਗੇ ਜਿਹੜਾ ਸਾਡਾ ਸੰਘਰਸ਼ ਹੈ, ਜਿੰਨਾ ਚਿਰ ਸਾਡੀ ਪੇਮੈਂਟ ਨਹੀਂ ਪੈਂਦੀ, ਚਾਹੇ ਅਸੀਂ ਰੋਡ ਖੋਲ੍ਹ ਦਿੰਦੇ ਹਾਂ, ਚਾਹੇ ਅਰਨਾ ਚੌਧਰੀ ਦੇ ਘਰ ਦਾ ਘਰਾਓ ਕਰਨ ਜਾਣਾ, ਇਸ ਤੋਂ ਬਾਅਦ ਉੱਥੋਂ ਆਣ ਕੇ ਵੀ ਜੇ ਸਾਡੀ ਪੇਮੈਂਟ ਦਾ ਕੋਈ ਹੱਲ ਨਹੀਂ ਹੁੰਦਾ, ਤਾਂ ਸਾਡੇ ਆ ਪਿਛਲੇ ਪਾਸੇ ਤੁਹਾਡੇ ਤੰਬੂ ਲੱਗੇ ਹੋਏ ਨੇ, ਉਹ ਤੁਸੀਂ ਚੈੱਕ ਕਰ ਸਕਦੇ ਹੋ, ਇਹਨਾਂ ਤੰਬੂਆਂ ਦੇ ਵਿੱਚ ਲਗਾਤਾਰ ਸਾਡਾ ਧਰਨਾ ਜਿਹੜਾ ਉਹ ਚਾਲੂ ਰਹੇਗਾ। ਤੁਸੀਂ ਸੁਣਿਆ ਕਿ ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਵਾ ਕਿ ਜਿਹੜਾ ਧਰਨਾ ਵਾ ਉਹ ਲਗਾਤਾਰ ਜਾਰੀ ਰਹੂਗਾ, ਕਿਉਂਕਿ ਪਿਛਲੇ 3 ਸੀਜ਼ਨਾਂ ਦੀ ਜਿਹੜੀ ਗੰਨੇ ਦੀ ਪੇਮੈਂਟ ਵਾ ਉਹ ਜਿਹੜੀ ਨਹੀਂ ਦਿੱਤੀ ਗਈ, ਜਿਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਉਹਨਾਂ ਦਾ ਕਹਿਣਾ ਕਿ ਗਾਂ ਜਿਹੜੀ ਵੱਡੀ ਰਣਨੀਤੀ ਬਣਾਈ ਜਾਊਗੀ, ਦੀ ਜਿਹੜੀ ਸਿੱਖਿਆ ਜਿਹੜੋ ਮੰਤਰੀ ਆ, ਕੈਬਨਿਟ ਮੰਤਰੀ ਆ, ਅਰਨਾ ਚੌਧਰੀ, ਉਹਦੀ ਕੋਠੀ ਦਾ ਘਰਾਓ ਵੀ ਜਿਹੜਾ ਕੀਤਾ ਜਾਊਗਾ, ਅਤੇ ਜੇ ਉੱਥੋਂ ਵੀ ਇਹਨਾਂ ਨੂੰ ਆਸ਼ਵਾਸਨ ਨਹੀਂ ਮਿਲਦਾ ਜਾਂ ਕੋਈ ਟੁਕਵਾਂ ਜਵਾਬ ਨਹੀਂ ਮਿਲਦਾ, ਜਿਹੜਾ ਧਰਨਾ ਵਾ ਲਗਾਤਾਰ ਜਾਰੀ ਰਹੂਗਾ। ਮੈਂ ਤੁਹਾਨੂੰ ਦੱਸ ਦਵਾਂਗਾ ਕਿ ਧਰਨੇ ਦੀ ਤਸਵੀਰਾਂ ਵੇਖ ਸਕਦੇ ਹੋ, ਜਿਹੜੇ ਸੈਂਕੜੇ ਜਿਹੜੇ ਕਿਸਾਨ ਨੇ ਉਹ ਇੱਥੇ ਬੈਠੇ ਹੋਏ ਨੇ, ਕਿਸਾਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਵਾ ਉਹ ਲਗਾਤਾਰ ਕੀਤਾ ਜਾ ਰਿਹਾ। ਅਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ ਇੱਥੋਂ ਦੇ ਹਲਕੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਮੌਕੇ 'ਤੇ ਪਹੁੰਚ ਚੁੱਕੇ ਨੇ, ਅਤੇ ਜਿਹੜੇ ਕਿਸਾਨ ਨੇ ਕਿਸਾਨ ਆਗੂ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਜਿਹੜਾ ਧਰਨਾ ਵਾ ਸਮਾਪਤ ਕੀਤਾ ਜਾਵੇ। ਲੇਕਿਨ ਜਿਹੜੇ ਕਿਸਾਨ ਨੇ ਉਹ ਕਿਤੇ ਨਾ ਕਿਤੇ ਮੰਨਦੇ ਹੋਏ ਨਜ਼ਰ ਨਹੀਂ ਆ ਰਹੇ, ਉਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਜਿਹੜੀ ਪੇਮੈਂਟ ਵਾ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ, ਅਤੇ ਉਹਨਾਂ ਚਿਰ ਜਿਹੜਾ ਧਰਨਾ ਵਾ ਉਹ ਸਮਾਪਤ ਜਿਹੜਾ ਵਾ ਨਹੀਂ ਕੀਤਾ ਜਾਊਗਾ। ਅਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਵਾ, ਅਤੇ ਜਿਹੜੀ ਟ੍ਰੈਫਿਕ ਜਿਹਾ ਉਹ ਹਰ ਬੰਨੇ ਜਿਹੜੀ ਆ ਜਾਮ ਕੀਤੀ ਹੋਈ ਆ, ਅਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਉਹ ਆਗੂਆਂ ਦੇ ਨਾਲ ਗੱਲਬਾਤ, ਜਿਹੜੇ ਆਗੂ ਨੇ ਉਹ ਗੱਲਬਾਤ ਕਰ ਰਹੇ ਨੇ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ। ਅਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਧਰਨਾ ਪ੍ਰਦਰਸ਼ਨ ਵਾ ਉਹਨਾਂ ਚਿਰ ਜਾਰੀ ਰਹੂਗਾ, ਜਿੰਨਾ ਚਿਰ ਇਹ ਕਿਸਾਨ ਜਿਹੜੇ ਕਹਿੰਦੇ ਨੇ ਵੀ ਜਿਹੜੇ ਕਿਸਾਨ ਨੇ, ਕਿਸਾਨਾਂ ਜਿਹੜੀ ਪੇਮੈਂਟ ਵਾ ਉਹ ਜਿੰਨਾ ਚਿਰ ਨਹੀਂ ਮਿਲਦੀ, ਉਹਨਾਂ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਜਾਰੀ ਰਹੂਗਾ। ਕੈਮਰਾ ਪਰਸਨ ਸਤਵਿੰਦਰ ਸਿੰਘ ਦੇ ਨਾਲ ਅਵਤਾਰ ਸਿੰਘ, ਪ੍ਰੂਸਕੋ ਪੰਜਾਬੀ, ਗੁਰਦਾਸਪੁਰ।